ਸਤਿ ਸ਼੍ਰੀ ਅਕਾਲ ਮੇਰੇ ਸਾਰੇ ਵੀਰਾਂ ਨੂੰ, ਮੈਂ ਆਪਣਾ ਤੁਹਾਡਾ ਟਰਬਨ ਕੋਚਮਨੀ। ਜੇ ਤੁਸੀਂ ਮੇਰੇ ਚੈਨਲ 'ਚ ਨਵੇਂ ਹੋ ਤਾਂ ਮੇਰਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਮੋਰਨੀ ਪੱਗ। ਪੂਰੇ ਡਿਟੇਲਸ ਦੇ ਵਿੱਚ ਤੁਹਾਨੂੰ ਦੱਸਿਆ ਜਾਊਗਾ ਕਿੱਦਾਂ ਤੁਸੀਂ ਮੋਰਨੀ ਪੱਗ ਸਜਾ ਸਕਦੇ ਹੋ। ਚਲੋ ਜੀ ਸਟਾਰਟ ਕਰਦੇ ਹਾਂ ਜੀ। ਪਹਿਲਾ ਪੇਜ ਮੋਰਨੀ ਪੱਗ ਦਾ ਅਸੀਂ ਸੈਂਟਰ ਤੋਂ ਨਹੀਂ ਲੈ ਕੇ ਜਾਵਾਂਗੇ, ਰਾਈਟ ਸਾਈਡ ਦੇ ਥੋੜ੍ਹਾ ਥੱਲੋਂ ਲੈ ਕੇ ਜਾਵਾਂਗੇ, ਕਿਉਂਕਿ ਮੋਰਨੀ ਪੱਗ ਉੱਤੋਂ ਗੋਲ ਹੁੰਦੀ ਹੈ ਅਤੇ ਰਾਈਟ ਸਾਈਡ ਦੇ ਥੋੜ੍ਹਾ ਥੱਲੋਂ ਲੈ ਕੇ ਜਾਵਾਂਗੇ, ਅਤੇ ਇੱਕਦਮ ਹੀ ਨੱਕ ਦੇ ਇੱਕਦਮ ਸੈਂਟਰ 'ਤੇ ਹੋਣੀ ਚਾਹੀਦੀ ਹੈ। ਅਤੇ ਇੱਦਾਂ ਹੀ ਪਹਿਲਾ ਪੇਜ ਪੂਰਾ ਸਾਫ਼ ਕਰਕੇ ਇਹ ਪਤਲਾ ਲੈ ਕੇ ਜਾਵਾਂਗੇ ਉੱਤੋਂ, ਇਹਦੀ ਪਿੰਚ ਇੱਕਦਮ ਪਤਲਾ ਹੋਣਾ ਚਾਹੀਦਾ ਉੱਤੋਂ। ਇੱਦਾਂ ਹੀ ਪੂਰਾ ਸਾਫ਼ ਕਰ ਲਾਂਗੇ ਹੱਥ ਦੀ ਮਦਦ ਨਾਲ। ਇੱਦਾਂ ਹੀ ਪਿੱਛੋਂ ਹੀ ਪਿੰਚ ਕਰ ਲਾਂਗੇ ਅਤੇ ਇੱਕਦਮ ਜਿਹੜੀ ਉੱਤੋਂ ਹੀ ਲੈ ਕੇ ਜਾਣਾ ਰਾਈਟ ਸਾਈਡ ਦੇ, ਇਸ ਦੇ ਉੱਤੋਂ ਹੀ ਅਸੀਂ ਸਾਰੇ ਪੱਲੇ ਲਿਆਈ ਜਾਣੇ, ਕਿਉਂਕਿ ਮੋਰਨੀ ਪੱਗ ਦੇ ਸਾਰੇ ਪੱਲੇ ਇੱਕ ਜਗ੍ਹਾ ਤੋਂ ਹੀ ਆਉਂਦੇ ਆ ਅਤੇ ਉੱਤੇ ਹੀ ਤੁਸੀਂ ਇੱਦਾਂ ਹੀ ਲੈ ਕੇ ਆਉਣਾ, ਇਹਦੇ ਉੱਤੇ ਹੀ ਸਾਰੇ ਪੱਲੇ ਸਜਾਈ ਜਾਣੇ ਅਤੇ ਉਂਗਲਾਂ ਦੀ ਮਦਦ ਨਾਲ ਹੁਣ ਅਸੀਂ ਪਿੰਚ ਕਰਾਂਗੇ। ਇੱਕ ਵਾਰੀ ਪਿੰਚ ਕਰਨ ਤੋਂ ਬਾਅਦ ਥੱਲੇ ਤੁਸੀਂ ਕੱਪੜਾ ਹੋਰ ਕੋਈ ਟਾਨ ਲਿਆ ਕਰੋ ਅਤੇ ਇਹਨੂੰ ਦੁਬਾਰਾ ਪਿੰਚ ਕਰੋ। ਇਹ ਪਿੰਚ ਆਪਣਾ ਪਤਲਾ ਹੋਣਾ ਚਾਹੀਦਾ ਅਤੇ ਇਹ ਪਿੰਚ ਸਾਡੇ ਮੋਟੇ ਨਹੀਂ ਹੋਣੇ ਚਾਹੀਦੇ, ਵਰਨਾ ਇਹ ਮੋਰਨੀ ਪੱਗ ਦੀ ਸ਼ੇਪ ਨਹੀਂ ਲਊਗੀ। ਅਤੇ ਇਹ ਪਤਲੇ ਰੱਖਿਓ ਇੱਕਦਮ ਤੁਸੀਂ, ਅਤੇ ਅੱਗੋਂ ਹੀ ਮਤਲਬ ਉੱਤੋਂ ਦੇ ਹੀ ਤੁਸੀਂ ਪੇਚ ਸਾਰੀ ਇੱਕੋ ਜਗ੍ਹਾ ਤੋਂ ਕੱਢਨੇ ਆ, ਨੱਕ ਦੇ ਸੈਂਟਰ ਤੋਂ ਇੱਕ ਜਗ੍ਹਾ ਤੋਂ ਨਹੀਂ ਕੱਢਣਾ। ਅਤੇ ਇੱਦਾਂ ਹੀ ਤੁਸੀਂ ਇਹਨੂੰ ਪੂਰਾ ਲੜ ਖੋਲ ਲਿਓ ਉੱਤੇ ਤੱਕ, ਚੰਗੀ ਤਰ੍ਹਾਂ ਇਹਨੂੰ ਖੋਲ ਲੈਣਾ ਅਤੇ ਬਾਜ ਦੀ ਮਦਦ ਨਾਲ ਇਹਨੂੰ ਸਾਫ਼ ਕਰ ਲੈਣਾ। ਨਾਲ ਨਾਲ ਸਫਾਈ ਵੀ ਕਰੀ ਜਾਣੀ ਪੱਗ 'ਚ ਪੂਰੀ ਚੰਗੀ ਤਰ੍ਹਾਂ। ਇੱਦਾਂ ਹੀ ਥੱਲੋਂ ਪੂਰਾ ਸਾਫ਼ ਤਰੀਕੇ ਨਾਲ ਅਸੀਂ ਪੇਚ ਲੈ ਕੇ ਜਾਵਾਂਗੇ। ਜੇ ਪਿੱਛੇ ਤੁਸੀਂ ਇੱਕ ਜਗ੍ਹਾ ਤੋਂ ਪਿੰਚ ਕਰੋਗੇ ਤਾਂ ਮੋਰਨੀ ਪੱਗ ਦੇ ਪਿੰਚ ਉਹੀ ਪੇਚ ਦੇ ਉੱਤੋਂ ਆਈ ਜਾਊਗੇ, ਤੁਸੀਂ ਥੱਲੇ ਪਿੰਚ ਨਹੀਂ ਕਰੀ ਜਾਣਾ, ਉਸੇ ਦੇ ਉੱਤੇ ਹੀ ਪਿੰਚ ਕਰੀ ਜਾਇਓ। ਇੱਦਾਂ ਹੀ ਅਸੀਂ ਫਿਰ ਉਹਦੇ ਉੱਤੇ ਹੀ ਲੈ ਕੇ ਜਾਵਾਂਗੇ, ਦੂਜੇ ਪੇਜ ਦੇ ਉੱਤੇ ਹੀ ਅਗਲਾ ਤੀਜਾ ਪੇਜ ਲੈ ਕੇ ਜਾਵਾਂਗੇ। ਇੱਦਾਂ ਹੀ ਹੱਥ ਦੀ ਮਦਦ ਨਾਲ ਸ਼ੇਪ ਦੇਈ ਜਾਇਓ ਉੱਤੋਂ, ਸਾਫ਼ ਹੀ ਕਰੀ ਜਾਣ ਨਾਲ ਨਾਲ। ਇੱਦਾਂ ਹੀ ਇੱਕ ਵਾਰੀ ਪੇਜ ਪਿੰਚ ਕਰ ਲਾਂਗੇ ਅਤੇ ਜਿੱਦਾਂ ਮੇਰਾ ਮੋਟਾ ਹੈ ਪਿੰਚ, ਇਹਨੂੰ ਦੇਖਿਓ ਤੁਸੀਂ ਪਤਲਾ ਕਿੱਦਾਂ ਕਰਨਾ, ਪਤਲਾ ਸਿਖਾਊਂਗਾ ਮੈਂ। ਦੇਖੋ ਸਾਨੂੰ ਦੁਬਾਰਾ ਤੁਸੀਂ ਫੋਲਡ ਕਰਿਓ ਅਤੇ ਇਹ ਦੇਖੋ ਪਿੰਚ ਪਤਲਾ ਹੋਜੂਗਾ। ਅਤੇ ਮੋਰਨੀ ਪੱਗ ਦੇ ਪਿੰਚ ਪਤਲੇ ਹੀ ਹੁੰਦੇ ਆ, ਅਤੇ ਤੁਸੀਂ ਜਿੰਨਾ ਵੱਧ ਤੋਂ ਵੱਧ ਪਤਲਾ ਪੱਲਾ ਲੈ ਕੇ ਜਾਓਗੇ ਤੁਹਾਡੀ ਮੋਰਨੀ ਪੱਗ ਦੀ ਸ਼ੇਪ ਉਨੀ ਵਧੀਆ ਲਈ ਜਾਊਗੀ। ਇੱਦਾਂ ਹੀ ਸਾਫ਼ ਹੀ ਕਰੀ ਜਾਣਾ ਨਾਲ ਨਾਲ, ਤੁਸੀਂ ਉੱਤੋਂ ਵੀ ਇੱਦਾਂ ਹੀ ਸਾਫ਼ ਕਰੀ ਜਾਇਓ, ਇੱਦਾਂ ਹੀ ਸਾਫ਼ ਸਫਾਈ ਕਰੀ ਜਾਣੀ ਪੱਗ ਦੀ। ਇੱਦਾਂ ਹੀ ਬਰਾਬਰ ਗੈਪ 'ਚ ਅਸੀਂ ਪੇਚ ਰੱਖਾਂਗੇ। ਮੋਰਨੀ ਪੱਗ 'ਚ ਤੁਸੀਂ ਬੇਸ, ਮੇਰਾ ਜਿਹੜਾ ਵੀਡੀਓ ਪਾਈ ਸੀ ਉੱਦਾਂ ਟਾਈਪ ਦਾ ਬੇਸ ਨਾ ਕਰਿਓ, ਮੋਰਨੀ ਪੱਗ 'ਚ ਕੋਈ ਵੀ ਬੇਸ ਕਰਨ ਦੀ ਲੋੜ ਨਹੀਂ ਹੁੰਦੀ ਤੁਹਾਨੂੰ। ਮੋਰਨੀ ਪੱਗ 'ਚ ਅਗਰ ਬੇਸ ਕਰੋਗੇ ਤਾਂ ਆਪਣੀ ਗੋਲ ਸ਼ੇਪ ਨਹੀਂ ਆਊਗੀ। ਇੱਦਾਂ ਹੀ ਤੁਸੀਂ ਸਾਫ਼ ਸਫਾਈ ਕਰੀ ਜਾਇਓ। ਜੇ ਤੁਹਾਡਾ ਪੇਚ ਦਾ ਸਪੇਸ ਜ਼ਿਆਦਾ ਹੈ ਤਾਂ ਤੁਸੀਂ ਉਹਨੂੰ ਬਾਜ ਦੀ ਮਦਦ ਨਾਲ ਬਰਾਬਰ ਸ਼ੇਪ 'ਚ ਕਰ ਸਕਦੇ ਹੋ ਗੈਪ 'ਚ। ਇੱਦਾਂ ਹੀ ਉੱਤੋਂ ਹੀ ਲੈ ਕੇ ਜਾਊਂਗਾ, ਦੇਖ ਸਕਦੇ ਹੋ ਜਿੱਦਾਂ ਮੈਂ ਲੈ ਕੇ ਜਾ ਰਿਹਾ ਉੱਤੋਂ ਹੀ। ਇੱਦਾਂ ਹੀ ਪਿੰਚ ਕਰਾਂਗੇ, ਇੱਦਾਂ ਹੀ ਥੱਲੇ ਦੇ ਪੱਲੇ ਨਜ਼ਰ ਆਉਣੇ ਚਾਹੀਦੇ ਆ, ਤੁਸੀਂ ਥੱਲੇ ਦੇ ਪੱਲੇ ਨਜ਼ਰ ਢੱਕ ਨਾ ਦਿਓ ਕਿਤੇ ਆਪਣੇ ਪੇਚਾਂ ਨਾਲ। ਇੱਦਾਂ ਹੀ ਤੁਸੀਂ ਪੂਰੀ ਵੀਡੀਓ ਚੰਗੀ ਤਰ੍ਹਾਂ ਦੇਖਿਓ, ਮੈਂ ਜਿੱਦਾਂ ਕਰ ਰਿਹਾ ਤੁਸੀਂ ਉੱਦਾਂ ਹੀ ਕਰਿਓ, ਥੱਲੇ ਦੇ ਪੇਚ ਆਪਣੇ ਨਜ਼ਰ ਆਉਣੇ ਚਾਹੀਦੇ ਆ। ਇੱਦਾਂ ਹੀ ਉੱਤੋਂ ਸਾਫ਼ ਸਫਾਈ ਕਰੀ ਜਾਇਓ। ਇੱਦਾਂ ਇਹਨੂੰ ਚੰਗੀ ਤਰ੍ਹਾਂ ਖੋਲ ਲਓ ਉੱਤੇ, ਦੇਖ ਰਹੇ ਹੋ ਹੁਣ ਤੁਸੀਂ ਗੋਲ ਸ਼ੇਪ ਆਉਣੀ ਸਟਾਰਟ ਹੋ ਗਈ ਹੈ ਪੱਗ ਦੀ। ਥੋੜ੍ਹਾ ਮੋਟਾ ਕਰ ਲਾਂਗੇ ਅਸੀਂ ਬਾਜ ਦੀ ਮਦਦ ਨਾਲ। ਇੱਦਾਂ ਹੀ ਉੱਤੇ ਚੁੱਕ ਲਾਂਗੇ, ਅਗਰ ਸਾਡੇ ਪੱਲੇ ਥੱਲੇ ਖਸਕ ਜਾਂਦੇ ਤਾਂ ਉੱਤੇ ਚੁੱਕ ਲਿਓ, ਇੱਦਾਂ ਹੀ ਹੱਥ ਦੀ ਮਦਦ ਨਾਲ ਤੁਸੀਂ ਉੱਤੇ ਚੁੱਕ ਲਿਓ।
ਮੇਰਾ ਸਪੇਸ ਥੋੜ੍ਹਾ ਵੱਧ ਗਿਆ ਸੀ, ਪਤਲਾ ਵੀ ਸੀ ਲੜਨਾ ਨੂੰ, ਤਾਂ ਹੀ ਮੈਂ ਥੱਲੇ ਟਾਨ ਕੇ ਸਿਲਾਈ ਦੀ ਮਦਦ ਨਾਲ ਉਹਨੂੰ ਈਕੁਅਲ ਸ਼ੇਪ 'ਚ ਲਿਆਉਂਦਾ। ਲਾਸਟ ਲੜ ਤਾਂ ਵੱਟ ਪੈ ਜਾਂਦੇ ਆ, ਅਤੇ ਇੱਦਾਂ ਹੀ ਤੁਸੀਂ ਸਾਫ਼ ਕਰ ਲਿਓ ਆਪਣਾ ਲਾਸਟ ਲੜ, ਵਿੱਚ ਵੱਟ ਆ ਜਾਣਗੇ ਤਾਂ ਤੁਸੀਂ ਪੁੱਠੀ ਸਿਲਾਈ ਮਾਰ ਕੇ ਆਪਣੇ ਵੱਟ ਸਾਫ਼ ਕਰ ਸਕਦੇ ਹੋ। ਉਹਨੇ ਆਪਣਾ ਆਖਰੀ ਲਾਲ ਲੈ ਕੇ ਜਾਵਾਂਗੇ। ਸਾਡਾ ਆ ਜੂਗੇ ਪਾਕ ਦਾ ਲਾਸਟ ਲਾਲ। ਇੱਦਾਂ ਹੀ ਚੰਗੀ ਤਰ੍ਹਾਂ ਖੋਲ ਲਾਂਗੇ ਅਤੇ ਸਾਡੇ ਸਾਰੇ ਪੇਜ ਇੱਕ ਦੇ ਉੱਤੇ ਹੀ ਇੱਕ ਆਇਆ, ਤਾਂ ਹੀ ਸਾਡੀ ਇੰਨੀ ਗੋਲ ਸ਼ੇਪ ਆਈ ਹੈ। ਅਤੇ ਤੁਸੀਂ ਵੀ ਆਹੀ ਕਰਿਓ, ਵੱਟ ਸਾਰੇ ਥੱਲੇ ਲਿਆਇਓ ਅਤੇ ਦਹੀਂ ਪਿੱਛੋਂ ਪਿੰਚ ਕਰ ਲਾਂਗੇ ਤਾਂ ਕਿ ਸਾਡੀ ਸੇਬ ਗੋਲ ਆਵੇ। ਅਤੇ ਇੱਦਾਂ ਹੀ ਸਾਰੇ ਵੱਟ ਥੱਲੇ ਲਿਆਇਓ, ਤੁਸੀਂ ਸਾਫ਼ ਕਰ ਲਿਓ ਇਹ ਪੱਲਾ, ਇਹ ਪਿੱਛ ਆਪਣੇ ਵੱਟ ਨਹੀਂ ਰਹਿਣੇ ਚਾਹੀਦੇ ਜ਼ਿਆਦਾ, ਨਾਲ ਦੇ ਨਾਲ ਥੱਲੇ ਕਰ ਲਿਓ। ਇੱਦਾਂ ਹੀ ਪਿੰਚ ਕਰਾਂਗੇ। ਜੇ ਮੇਰੇ ਕਿਸੇ ਵੀਰ ਨੂੰ ਪਿੰਚ ਕਰਨ 'ਚ ਪ੍ਰੋਬਲਮ ਹੁੰਦੀ ਹੈ ਪੱਗ ਦੇ ਪੇਜ 'ਚ, ਤਾਂ ਤੁਸੀਂ ਮੈਨੂੰ ਕਮੈਂਟ 'ਚ ਦੱਸਿਓ, ਮੈਂ ਉਹਦੇ ਉੱਤੇ ਕੋਈ ਵੀਡੀਓ ਲੈ ਕੇ ਆਊਂਗਾ। ਇੱਦਾਂ ਹੀ ਉੱਤੋਂ ਸਾਫ਼ ਕਰ ਲਾਂਗੇ ਤਾਂ ਕਿ ਸਾਡੀ ਸੇਬ ਗੋਲ ਆਵੇ, ਪੂਰੀ ਉੱਤੋਂ ਵੀ ਸਾਫ਼ ਹੋਵੇ। ਦਹੀਂ ਬਰਾਬਰ ਸ਼ੇਪ 'ਚ ਰੱਖਾਂਗੇ, ਇੱਕੋ ਗੈਪ 'ਚ ਸਾਰੇ ਪੱਲੇ। ਦੇਖ ਸਕਦੇ ਹੋ ਸਾਡੀ ਪੱਗ ਦੀ ਸ਼ੇਪ ਪੂਰੀ ਗੋਲ ਆ ਚੁੱਕੀ ਹੈ। ਉਹ ਨਹੀਂ ਸਾਫ਼ ਸਫਾਈ ਕਰ ਲਾਂਗੇ ਪੱਗ ਦੀ ਥੋੜ੍ਹੀ ਸਿਲਾਈ ਦੀ ਮਦਦ ਨਾਲ। ਜੇ ਤੁਹਾਨੂੰ ਪੱਗ ਕਿੱਦਾਂ ਦੀ ਲੱਗੀ ਤਾਂ ਤੁਸੀਂ ਪਲੀਜ਼ ਕਮੈਂਟ 'ਚ ਜ਼ਰੂਰ ਦੱਸਿਆ ਕਰੋ। ਇੱਦਾਂ ਹੀ ਸਾਫ਼ ਸਫਾਈ ਕਰੀ ਜਾਣੀ ਹੈ, ਉੱਤੋਂ ਸਾਰੇ ਪੇਜ ਸਾਡੇ ਸਾਫ਼ ਹੋਣੇ ਚਾਹੀਦੇ ਆ। ਇੱਦਾਂ ਹੀ ਪੱਗ ਅਸੀਂ ਖੜੀ ਕਰ ਲਾਂਗੇ ਹੱਥ ਦੀ ਮਦਦ ਨਾਲ। ਆਖਰੀ ਲੜ ਲੈ ਕੇ ਜਾਵਾਂਗੇ ਅਸੀਂ ਆਪਣੀ ਹੁਣ ਪੱਗ ਦਾ, ਇਹਨੂੰ ਪੂਰੇ ਚੰਗੀ ਤਰੀਕੇ ਨਾਲ ਅਸੀਂ ਖੋਲ੍ਹ ਲੈਣਾ ਅਤੇ ਥੱਲੋਂ ਵੀ ਥੋੜ੍ਹਾ ਅੰਦਰ ਪਾਸੇ ਫੋਲਡ ਕਰ ਲਿਓ ਅਤੇ ਉੱਤੋਂ ਵੀ, ਅਤੇ ਇਹ ਪੇਜ ਸਾਡਾ ਪੂਰਾ ਸਾਫ਼ ਹੋਣਾ ਚਾਹੀਦਾ, ਇਹ 'ਚ ਕੋਈ ਵੱਟ ਨਹੀਂ ਰਹਿਣਾ ਚਾਹੀਦਾ। ਇੱਦਾਂ ਹੀ ਉੱਤੇ ਵਾਟਰ ਰਹਿ ਜੂਗੇ ਤਾਂ ਅਸੀਂ ਅੰਦਰ ਪਾਸੇ ਕੱਪੜਾ ਵਾਲ ਕੇ ਪੂਰਾ ਪਲੇਨ ਕਰਾਂਗੇ। ਦੇਖ ਸਕਦੇ ਹੋ ਜਿੱਦਾਂ ਹੱਥ ਦੀ ਮਦਦ ਨਾਲ ਤੁਸੀਂ ਸਾਫ਼ ਕਰ ਲੈਣਾ ਪੇਜ ਵਧੀਆ ਤਰੀਕੇ ਨਾਲ। ਥੱਲੇ ਵਾਲਾ ਪੇਜ ਥੋੜ੍ਹਾ ਪ੍ਰੋਬਲਮ ਕਰ ਰਿਹਾ, ਉਹਨੂੰ ਥੋੜ੍ਹਾ ਅੰਦਰ ਵਾਲ ਦਾਂਗੇ ਅਸੀਂ ਤਾਂ ਕਿ ਸਾਡਾ ਲਾਸਟ ਪੇਜ ਲਾਉਣ ਤੋਂ ਬਾਅਦ ਨਜ਼ਰ ਨਾ ਆਵੇ। ਅਸੀਂ ਦੋਵੇਂ ਅੱਖਾਂ ਬਰਾਬਰ 'ਚ ਲੈ ਜਾਵਾਂਗੇ ਪੇਜ ਆਪਣਾ ਸਾਫ਼ ਤਰੀਕੇ ਨਾਲ, ਸਿਲਾਈ ਦੀ ਮਦਦ ਨਾਲ ਅਸੀਂ ਵੱਟ ਸਾਰੇ ਕੱਢ ਦਾਂਗੇ। ਅਸੀਂ ਕਲਗੀ ਵਾਲਾ ਪੇਜ ਬਣਾਓਗੇ ਅਤੇ ਨੱਕ ਦੇ ਇੱਕਦਮ ਸੈਂਟਰ 'ਚ ਪਿੰਨ ਲਾਇਆ ਤੁਸੀਂ,
एकदम सेंटर चला के फोल्ड करके कलगी वाला लाल ला दियो। देख सकते हो साड़ी मोरनी पग दी शेप लै ली है पग ने पूरी। थोड़े वट आ रहे हैं तो थोड़े प्रॉब्लम कर रहे हैं। देखो हम साफ आए पूरे इदा ही तुम साफ लेके जाना पूरा अपना। हम साड़ा पूरा साफ आया पेज कलगी साड़ी बन चुकी पूरी चंगी तरह। इदा ही तुम उत्ते दो पिना ला दिता कि साड़ी कलगी वाला पेज खसके ना उत्तों। दही अंदर वार देंगे लास्ट वाला लड़। देख सकते हो जिदा साढ़े दोवें साइड दे पेज साफ आया। इदा भी तुम कोशिश करो कि ताड़े वो तो वो पेज साफ आन ते पग वेखन जो ताड़ी वधिया लगे। जो ता पग पेज थोड़े कोई आ जाता है तो तुम बाज की मदद ना उत्ते कर दौ। इदा ही देख सकते हो वीडियो च उन्हें सिर ढकेंगे अपना चंगी तरह। इदा ही उत्ते वाला पेज पूरे चंगी तरीके ना उत्ते चुक लाँगे तो काढ़ लाँगे साफ तरीके ना तो उन्हें पूरा खोल लाँगे। इन्हें पूरे चंगी तरह सही तरीके ना तो ही खोल लियो पुठा तरीके ना ना खोल लियो। तो ही अपनी आखिरी दे पेचा दे अंदर जो सिर ढकन वाला कपड़ा होंगे वो बजाड़ा चंगी तरह। सफाई के नाल पूरा सिर ढके वट नहीं रहना चाहिए सिर के उत्ते ताड़े पिछे टाण लियो ताकि साढ़े वट उत्ते सारे साफ हो जाए। साफ कर लियो ये दही। आखिरी पेज दे नाल साढ़े सारे पेचों के जिन्हें भी वट होंगे ढीले होंगे अं ओनू टाइट करके सारे पेज भी अही उद्दे नाल टाइट कर सकते हैं। तो इदा ही सारे पेज तुम खिच के नू लैके जाके तुम पिछे वाड़े ताकि साड़ी सारे पेज टाइट रहन एक जगह टिके रहे। जो तुम्हें वीडियो चंगी लगे तो लाइक कमेंट तो शेयर करना ना भूलो। तो मिलते हैं वीर सारे अगली वीडियो। वाहगुरू जी का खालसा श्री वाहगुरू जी की फतह।